मैं घर टीवी पे आवाज़ जानवर मैं आखा? आखा, मैं, तो आखा, मैं आखा आखा क्यों नी मंडी तो सब्जी गिन मैं मोटरसाइकिल साफ कर आम तौर पर मैं मोटरसाइकिल साफ कद नही किया पर आज वीडियो पे बननी मैं चलो कारगी ने खैर मैं मोटरसाइकिल घरों ने कोल पा मैं कजे ना खा मोटरसाइकिल तू चला मैं भी रायत वीडियो बना गई सैर असी दोए बाई बाई रुपए ने टॉम क्रूज बने हुए अपनी मंजिल मकसूद नी तरफ निकल कोल पाए जिस जिस बंदे मंजिल मकसूद नी हिस्ट्री नहीं पता आज मैं उन्हें दस देना मकसूद पुराने दौरे च एक बादशाह है जिसनी चार इमारत यानी मंजिल आई है ਉਸਨੇ ਨੋਕੋ ਜਿਸੇ ਵੀ ਉਹ ਨੰ ਮੰਜ਼ਲ ਤਵੈ ਨੇ ਤਖਨੇ ਸੀ ਮੰਜ਼ਲ ਮਕਸੂਦ ਤੇ ਵੈਨੇ ਪੈ ਉਸ ਤੋਂ ਬਾਅਦ ਚੱਲਨੇ ਚੱਲਨੇ ਇਲਾਫੁਸ ਪਕਾ ਹੋਗਾ ਇਹ ਸੁਣ ਕੇ ਮੈਂ ਕਾਜ਼ੇ ਨਾਖਨਾ ਸਟੋਰੀ ਚੰਗੀ ਬਣਾ ਕੇ ਦੀਏ ਪਾਰੇ ਗਲੋਤੇ ਮੰਜ਼ਲ ਮਤਲਬ ਡੈਸਟੀਨੇਸ਼ਨ ਮਕਸੂਦ ਮਤਲਬ ਮਤਲੂਬ ਮੈਂ ਉਸਾਂ ਕਾ ਅੱਜ ਕੱਲ ਤਾਂ ਲੋਕਾਂ ਨੇ ਨਾ ਮਕਸੂਦ ਹੁਣ ਤੇ ਕਦੇ ਮਕਸੂਦ ਮਤਲੂਬ ਅਕਸਾਂ ਤੋਂ ਭੇੜਨਾ ਪੋਸੀ ਉਸ ਮਾ ਕਾ ਤੁਹਾਡਾ ਕਾਂ ਚਿਟਾ ਤੂੰ ਚਲਾਈ ਰੱਖ ਕਮੈਂ ਖੈਰਸ ਹੀ ਆਪਨੇ ਇਸ ਕਾਰਪੇਟ ਰੋਡ ਤੇ ਰਵਾਂ ਦਵਾ ਆਇਆ ਤਾਂ ਮੈਂ ਜੈਨੇ ਚ ਇੱਕ ਗੱਲ ਆ ਗਈ ਅਗਰ ਕਹਿ ਬਨੇ ਕਬ ਉਸਨੀ ਸ਼ਿਕਾਇਤ ਹੋਵੇ ਤਾਂ ਡੈ ਹਜ਼ਾਰਾਂ ਸਾਲ ਪੁਰਾਣੀ ਕਬਜ਼ ਰੋਡ ਨਾ ਗਈ ਤਾਂ ਹਕੀਮ ਖਾਨੀ ਜੁਰਮਾਨਾ ਦੇ ਸੋ ਤੇ ਉਸ ਤੋਂ ਬਾਅਦ ਮਰੀਜ਼ ਗਵਰਨਮੈਂਟ ਨੇ ਬਣਾਏ ਵੇ ਇਸ ਨਵੇਂ ਰੋਡ ਤੇ ਚੜ ਵੰਜੇ ਤਾਂ ਹਕੀਮ ਸਾਹਿਬ ਨੇ ਕੋਈ ਗਾਰੰਟੀ ਨਹੀਂ ਖੈਰ ਵੈਲਕਮ ਬੈਕ ਟੂ ਅਨਦਰ ਵਲੌਗ ਤੋ ਸਾ ਅੰਦਾਜ਼ਾ ਹੋ ਹੀ ਗਿਆ ਉਸੇ ਕੇਸ ਵਲੌਗ ਅਜ ਮੈਂ ਮੰਡੀ ਤੇ ਸਬਜ਼ੀ ਘਿਨਣ ਵੈਣਾ ਪਿਆ ਕਾਰਪੇਟ ਰੋਡ ਤੋਂ ਲੈ ਕੇ ਇਸ ਕੱਚੀ ਗੜੀ ਚਾਹੋ ਤੇ ਬੰਦੇ ਨੇ ਮੋਰੇ ਚੋ ਗਰੀਸ ਮੋਬਲੈਲ ਬਣਵੈਣੀ ਖੈਰ ਅਸੀਂ ਇਨ ਸਾਰੇ ਵੀਊ ਇੰਜੋਏ ਕਰੇ ਨੇ ਕਰੇ ਨੇ ਆਪਣੀ ਮੰਜ਼ਿਲ ਨੀ ਤਰਫ ਰਵਾਨ ਦਵਾਇਆ ਤੇ ਕਾਰਪੇਟ ਰੋਡ ਦੁਬਾਰਾ ਸ਼ੁਰੂ ਹੋ ਗਿਆ ए रोड कबूज ने नाल नाल खूनी बीमारियां ठीक करने की सिलायत भी रिखेना क्योंकि इस ते झटके लाग लाग के बंद नियंत्र जिसमें तो बाढ़ ढह पोनिया खैरसी सत्ता मिनटा ने तवील सफर करने तो बाद आखिरकार कार मंडी पे आ पहुंचे ਮੰਡੀ ਜੜੀ ਦੇ ਰਾਈਟ ਸਾਈਡ ਤੇ ਵਾਕਿਏ ਵੇ ਇਸ ਟਾਈਮ ਸਾਰੇ ਜਾਨਵਰ ਛੁੱਟੀ ਕਰਕੇ ਆਪਣੇ ਆਪਣੇ ਘਰਾਂ ਚ ਜਾ ਚੁੱਕੇ ਥੇ ਮੰਡੀ ਆਪਣੇ ਸਾਫ ਕਰਦੋ ਉਬਾਰ ਰੱਖਣ ਦੀ ਵਜ੍ਹਾ ਤੋਂ ਸਾਇ ਨੇ ਮਰੀਜ਼ਾਂ ਠੀਕ ਕਰਨ ਦੀ ਸਲਾਈਟ ਰੱਖੇ ਨੀ ਇਸ ਵਾਸਤੇ ਸਾਇ ਨੇ ਜਿੰਨੇ ਮਰੀਜ਼ ਡਾਕਟਰ ਕੋਲ ਜ਼ੇਰੇ ਇਲਾਜ ਹੋਨੇ ਥੇ ਆ ਕੇ ਸਾਇਗੇ ਨਵਾਬ ਕੀ ਇਨਸ਼ਾਅੱਲਾ ਪੁਰਾਣੀ ਬਿਮਾਰੀ ਵੀ ਠੀਕ ਹੋ ਜਾਏਗੀ ਮੰਡੀ ਤੇ ਪਹੁੰਚਨੇ ਸਫਾਈ ਨੇ ਇਤਨਾ ਬਿਹਤਰੀਨ ਨਿਜ਼ਾਮ ਵੇ ਕਿ ਮੇਰੀ ਵੀ ਤਬੀਅਤ ਖੁਸ਼ ਹੋ ਗਈ ਉਸ ਤੋਂ ਬਾਅਦ ਮੈਂ ਸ਼ੂਗਰ ਕੰਟਰੋਲ ਕਰਨ ਵਾਲੀਆਂ ਐਨਪੀਡੀਆਂ ਪੀਲੀਆਂ ਟਿਊਬਸ ਗੀਦੀਆਂ ਮਹਿੰਗਾਈ ਨੇ ਇਸ ਦੌਰੇ ਮੈਂ ਜਸੜਾ ਮੰਡੀ ਤੇ ਆਵਣਾ ਚੱਕਨੇ ਚੱਕਨੇ ਸਲਾਦ ਕਬਾਬ ਜਲੇਬੀ ਫਰੂਟ ਫਰੀ ਚਾਹੀ ਮਿਲਦਾ ਨਾ ਖੈਰ ਮੈਂ ਆਪਣਾ ਜਲੇਬੀ ਵਾਲਾ ਸ਼ਾਪੋ ਨਾ ਪਾ ਤੇ ਆਪਣੀ ਅਗਲੀ ਮੰਜ਼ਿਲ ਮਕਸੂਦ ਨੀ ਤਰਫ ਟੋਰ ਪਿਆ ਆਪਣੀ ਅਗਲੀ ਮੰਜ਼ਿਲ ਮੈਂਗੋਸ ਕੇ ਸਟਾਪ ਤੇ ਰੁਕਾ ਤੋ ਸਾ ਮੈਂ ਵਾਂਝ ਕੇ ਆਖਾ ਆਮ ਮਿੱਠੇ ਇਨ ਕੇ ਨਹੀਂ ਚੈੱਕ ਕਰਾਓ ਉਸ ਇਤਨਾ ਵੱਡਾ ਪੀਸ ਕੱਟ ਕੇ ਦਿੱਤਾ ਕਿ ਮੈਂ ਆਪਣਾ ਪੇਟ ਖਰਾਬ ਹੋਣੇ ਨਾ ਖਤਰਾ ਪੈ ਗਿਆ ਤੇ ਮੈਂ ਉਸ ਆਖਾ ਹਾਂ ਇਤਨਾ ਜ਼ਿਆਦਾ ਕੱਟ ਦਿੱਤੇ ਮੈਂ ਪੇਟ ਖਰਾਬ ਹੋ ਗਿਆ ਖੈਰ ਛੋੜਾ ਮੈਂ ਉਹ ਵੀ ਨਹੀਂ ਮੈਂ ਆਖਾ ਜ਼ਾਇਆ ਕਰਨਾ ਗੁਨਾਹ ਹੈ ਉਸ ਤੋਂ ਬਾਅਦ ਸਬਜ਼ੀ ਵਾਲੇ ਬੰਦੇ ਨਾਲ ਰੇਡ ਬਣਾਏ ਤੇ ਸਬਜ਼ੀ ਖਰੀਦਣ ਲੱਗ ਪਏ ਮੈਂਨੇ ਮੋਹ ਨੇ ਸਾਹਮਣੇ ਇਸ ਲੜਕੀ ਆਮ ਖਾਣੇ ਵੇ ਕਿ ਮੈਂ ਕਹਿ ਵੀ ਮੈਂਨੇ ਅਗੋਂ ਲੰਚ ਕਰਨ ਆਈ ਪਈ 3 ਕਿਲੋ ਇਹਨ ਬਿਚਾ ਦੇ ਖੈਰ ਮੈਂ ਆਪਣੀ ਸਬਜ਼ੀ ਖਰੀਦਣੇ ਤੇ ਕਨਸੈਂਟਰੇਟ ਕੀਤਾ खैर सब्जी तौल तोड़ाई के बाद जो ही मैं अपने बटुए में से पैसे कड़ने लगा ये लड़की मेरे और क्लोज आके खड़ी हो गई मैं दार पै कर ने कुछ फ्लावर मान मिले आखाए तो आया मुझे याद, गली में आ मैं सब्जी ने पैसे देते निकलने वाली की उसने गहने गिदिया ने मोटरसाइकिल कढा तो मैं आखा चलो पेट्रोल पवा के

ਨਿਕਲਨੇ ਨਿਕਲਨੇ ਮੈਂ ਸਬਜ਼ੀ ਵਾਲੇ ਆਖਾ ਡਿਵੈਨਨ ਵੀਡੀਓ ਬਣਾ ਕੇ ਕੈਮਰਾ ਮਾਨ ਪਾ ਦੇ ਉਸ ਆਖਾ ਮੈਂ ਸਬਜ਼ੀ ਨਾ ਕੰਮ ਛੋੜ ਕੇ ਵੀਡੀਓਗ੍ਰਾਫੀ ਸ਼ੁਰੂ ਕਰਨ ਲਗਾ ਮੈਂ ਕੰਮ ਆ ਗਿਆ ਖੈਰ ਮੈਂ ਕੈਮਰਾ ਨਾ ਪਾ ਤੇ ਆਪਣੀ ਮੰਜ਼ਲੀ ਮਕਸੂਦ ਨਹੀਂ ਤਰਫ ਟੋਰ ਪਿਆ ਵਨੇ ਵਨੇ ਮੈਂ ਡਿਜ਼ਾਈਨ ਚਾਹਿਆ ਇੱਕ ਸ਼ਾਰਟ ਉਤਲੇ ਐਂਗਲ ਤੋਂ ਪਿਚਾ ਆ ਕੇ ਨਾ ਕੈਮਰੇ ਨੇ ਉਸ ਐਂਗਲੇ ਚਾਪਣਾ ਪੈਟ ਵੇ ਕੇ ਮੈਂ ਖਾ ਜਲੇਬੀ ਨੋ ਪੀਸ ਨਾ ਖਾਦਾ ਹੋਇਆ ਛਾਇ ਤੇ ਇਤਨਾ ਪੇਟ ਨਾ ਨਿਕਲੇ ਆ ਖੈਰ ਪਿਛਲੀ ਵੀਡੀਓ ਜੇ ਕੀ ਦੋਸਤੇ ਕਮੈਂਟ ਕੀਤਾ ਹੈ ਕਿ 15 ਤੋਂ 20 ਮਿੰਟ ਦੀ ਵੀਡੀਓ ਬਣਾਇਆ ਕਰੋ ਤਕਰੀਬਨ 4.5 ਮਿੰਟ ਇਸ ਵੀਡੀਓ ਆਸੇ 2.5 ਕੰਟੈਂਟ ਰਾਈਟਿੰਗ 1.5 ਫਿਡਿਓਗ੍ਰਾਫੀ 1.5 ਵੀਡੀਓ ਐਡੀਟਿੰਗ ਤੇ ਲੱਗਨ ਤੇ 15 ਮਿੰਟਾਂ ਦੀ ਵੀਡੀਓ ਬਣਾਉਣਿਆ ਸੀ ਕੈਲਕੂਲੇਸ਼ਨ ਤੁਸੀਂ ਕਰ ਗਏ ਨੋ ਤੇ ਇਨਸ਼ਾਅੱਲਾ ਕਦੇ ਤੁਸੀਂ سپورਟ ਰਹੀ ਤੇ ਫਿਊਚਰ ਦੇ ਟਾਈਮ ਡਿਊਰੇਸ਼ਨ ਵਧਾਸਾਂ ਜ਼ਰੂਰ ਹਰ ਵੀਡੀਓ ਤੇ ਇਤਨਾ ਪਿਆਰ ਔਰ ਮੁਹੱਬਤ ਦੇਵਣੇ ਨ ਬਹੁਤ ਬਹੁਤ ਸ਼ੁਕਰੀਆ ਸ਼ੇਅਰ ਲਾਈਕ ਐਂਡ ਸਬਸਕ੍ਰਾਈਬ ਮਾਈ ਚੈਨਲ ਇਫ ਯੂ ਲਾਈਕ ਮਾਈ ਵੀਡੀਓਜ਼ ਵੀਡੀਓ ਤੇ ਕਮੈਂਟ ਲਾਜ਼ਮੀ ਕੀਤਾ ਕਰੋ ਉਸ ਨਾਮਾਂ ਅੰਦਾਜ਼ਾ ਨਾ ਭਾਈ ਮੈਂ ਕਿਹ ਚੰਨ ਪੇ ਚੜੇ ਨਾ